ਕੋਠੀ ਰੋਡ ਤੋਂ ਹੁੰਦਿਆਂ ਨਗਰ ਕੌਂਸਲ ਦੇ ਦਫ਼ਤਰ ਪਹੁੰਚਣਾ ਹੈ। ਅੱਜ ਦਾ ਜਿਹੜਾ ਵਿਸ਼ਾਲ ਧਰਨਾ ਹੈ ਇਸ ਗੱਲ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ ਕਿ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਵੱਡੇ ਪੱਧਰ ਦੇ ਉੱਤੇ ਜਿਹੜਾ ਪੱਖਪਾਤ ਕੀਤਾ ਜਾ ਰਿਹਾ ਹੈ, ਡਿਵੈਲਪਮੈਂਟ ਦੇ ਕੰਮ ਜਿਹੜੇ ਨੇ ਰੁਕੇ ਪਏ ਨੇ, ਆਪਣੇ ਖੇਤੀਆਂ ਦੇ ਜਿਹੜੇ ਕੰਮ ਨੇ ਉਹੀ ਕੀਤੇ ਜਾ ਰਹੇ ਨੇ। ਔਰ ਇਸ ਦੇ ਨਾਲ ਹੀ ਇਸ ਹਲਕੇ ਦੇ MLA ਕੋਲ ਜਿਹੜੀ ਨਗਰ ਕੌਂਸਲ ਹੈ ਉਹ ਗਿਰਵੀ ਰੱਖੀ ਹੋਈ ਹੈ, ਔਰ ਇਸ ਜਿਹੜੇ ਉਹਦੇ ਜਿਹੜੇ MLA ਦੀਆਂ ਆਫੁਦਰੀਆਂ ਨੇ, ਨਗਰ ਕੌਂਸਲ ਦੇ ਪ੍ਰਧਾਨ ਦੀਆਂ ਆਫੁਦਰੀਆਂ ਨੇ, ਉਹਦੇ ਖਿਲਾਫ਼ ਜਿਹੜਾ ਹੈ ਇਹ ਵਿਸ਼ਾਲ ਰੋਸ ਧਰਨਾ ਜਿਹੜਾ ਦਿੱਤਾ ਜਾ ਰਿਹਾ ਹੈ। ਔਰ ਇਸੇ ਤਰ੍ਹਾਂ ਹੀ ਪਿੰਡਾਂ ਵਿੱਚ ਪੰਚਾਇਤਾਂ ਦੇ ਜਿਹੜੇ ਫੰਡ ਨੇ ਉਹਨਾਂ ਵਿੱਚ ਵੱਡੇ ਪੱਧਰ 'ਤੇ ਗਬਨ ਕੀਤੇ ਜਾ ਰਹੇ ਨੇ, ਔਰ MLA ਵੱਲੋਂ ਆਪਣੇ ਜੇਬਾਂ ਦੇ ਵਿੱਚ ਜਿਹੜੇ ਪੈਸੇ ਨੇ ਉਹ ਵੱਖਰੇ ਵੱਖਰੇ ਤਰੀਕੇ ਨਾਲ ਕਰਪਸ਼ਨ ਕਰਕੇ ਪਾਏ ਜਾ ਰਹੇ ਨੇ। ਸੋ ਇਹਨਾਂ ਸਾਰਿਆਂ ਨੂੰ ਮੁੱਖ ਰੱਖਦੇ ਹੋਏ ਅੱਜ ਜਿਹੜਾ ਵਿਸ਼ਾਲ ਰੋਸ ਧਰਨਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਸੋ ਆਪਾਂ ਸਾਰਿਆਂ ਨੇ ਬੜੇ ਸੰਯਮ ਦੇ ਨਾਲ ਬੜੇ ਦੂਸਰੇ ਦੇ ਵਿੱਚ ਚੱਲ ਕੇ ਆਪਾਂ ਜਿਹੜਾ ਨਗਰ ਕੌਂਸਲ ਦੇ ਦਫ਼ਤਰ ਪਹੁੰਚਣਾ। ਸੋ ਸਾਰਿਆਂ ਦਾ ਧੰਨਵਾਦ। ਨਗਰ ਕੌਂਸਲ ਪ੍ਰਧਾਨ ਮੁਰਦਾਬਾਦ, ਨਗਰ ਕੌਂਸਲ ਪ੍ਰਧਾਨ ਮੁਰਦਾਬਾਦ। ਸਾਡੀਆਂ ਭੈਣਾਂ ਨੂੰ ਅੱਗੇ ਚੱਲਣ ਦਿਓ। ਜਿੰਨੇ ਵੀ ਇਕੱਤਰਿਤ ਹੋਏ ਆ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੇ ਮੈਂਬਰਾਂ ਔਰ ਹੋਰ ਜਿੰਨੇ ਵੀ ਲੋਕ ਇੱਥੇ ਇਕੱਤਰਿਤ ਹੋਏ ਆ ਉਹਨਾਂ ਨੂੰ ਇਹ ਮੈਂ ਗੱਲ ਦੱਸਣੀ ਚਾਹੁੰਦਾ ਕਿ ਸਾਡੇ ਨਵੀਂ ਆਬਾਦੀ ਵਾਰਡ ਨੰਬਰ 17 ਔਰ 15-14 ਇਹਨਾਂ ਦੇ ਵਿੱਚ ਵੀ ਬਹੁਤ ਵੱਡੇ ਲੈਵਲ ਦਾ ਘਟਾਲਾ ਜਿਹੜਾ ਆ ਉਹ MLA ਵੱਲੋਂ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਜਿਹੜਾ ਕਿ ਕਰਿਆਮ ਰੋਡ KC ਸਟੇਟ ਦਾ ਸੀਵਰੇਜ ਆ ਉਹ ਕਰਿਆਮ ਰੋਡ ਫਾਟਕ ਤੋਂ ਗੁਜਰਨਾ ਚਾਹੀਦਾ ਸੀ। ਉਹਨੂੰ ਇਹ MLA ਜਿਹੜਾ ਕਹਿੰਦਾ ਸੀ ਕਿ ਪਹਿਲੇ ਪ੍ਰਧਾਨ ਨੇ ਲੋਕਾਂ ਦੀਆਂ ਕਲੋਨੀਆਂ 'ਚ ਸੀਵਰੇਜ ਪਵਾਤਾ, ਅੱਜ ਇਹੀ MLA ਉੱਥੋਂ ਦੇ ਖੇਤਾਂ ਦੇ ਵਿੱਚ ਹੀ ਜਿਹੜਾ ਸੀਵਰੇਜ ਪਵਾ ਕੇ ਨਵੀਂ ਆਬਾਦੀ ਦੇ ਵਿੱਚ ਲਿਆ ਰਿਹਾ ਆ, ਜਿਹੜਾ ਕਿ ਖੇਤਾਂ ਦਾ ਮੁੱਲ ਜਿਹੜਾ ਅੱਜ 25 ਲੱਖ ਹੈ ਉਹ ਕੱਲ੍ਹ ਨੂੰ 70 ਕਰੋੜ ਰੁਪਇਆ ਹੋਊਗਾ ਜਾਂ 7 ਕਰੋੜ ਰੁਪਇਆ ਉਹਦਾ 1 ਕਰੋੜ ਹੋਊਗਾ। ਉਹ ਜਿਹੜਾ ਸਿੱਧੇ ਤੋਂ ਸਿੱਧਾ ਸਾਡੇ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ। ਔਰ ਦੂਸਰੀ ਗੱਲ, ਇੱਕ ਸਾਨੂੰ ਜਿਹੜਾ ਚੈੱਕ ਆ ਸਾਡੀ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਨੌਜਵਾਨ ਸਭਾ ਦੇ ਨਾਂ ਤੇ 10 ਲੱਖ ਰੁਪਏ ਦਾ ਚੈੱਕ ਜਿਹੜਾ ਇਸ MLA ਵੱਲੋਂ ਕੁਝ ਦਿਨ ਪਹਿਲਾਂ ਦਿੱਤਾ ਗਿਆ, ਪਰ ਉਹ ਸਿਰਫ ਇੱਕ ਫੋਟੋ ਕਰਾਈ ਔਰ ਚੈੱਕ ਨੂੰ ਆਪਣੀ ਜੇਬ ਦੇ ਵਿੱਚ ਫਿਰ ਆਪਣੇ ਨੁਮਾਇੰਦਿਆਂ ਕੋਲ ਫੜਾ ਦਿੱਤਾ। ਔਰ ਉਸ ਤੋਂ ਬਾਅਦ ਸਾਡੀ ਸਭਾ ਦੇ ਨੁਮਾਇੰਦਿਆਂ ਦੇ ਕੋਲੋਂ 8 ਲੱਖ ਰੁਪਏ 8.5 ਲੱਖ ਦਾ ਜਿਹੜਾ ਵਾਪਸ ਇੱਕ ਚੈੱਕ ਮੰਗ ਰਿਹਾ ਆ, ਜਿਹੜਾ ਕਿ ਕਹਿੰਦੇ ਆ ਕਿ ਇੱਕ ਨਾਰੰਗ ਸਪੋਰਟਸ ਦੇ ਨਾਂ ਦਾ ਚੈੱਕ ਦਿੱਤਾ ਜਾਵੇ, ਜਿਹੜੇ ਕਿ ਸਿੱਧੇ ਤੌਰ ਤੇ ਘਬਲੇਬਾਜ਼ੀ ਆ। ਔਰ ਸਾਨੂੰ ਕਹਿੰਦੇ ਕਿ ਤੁਹਾਨੂੰ ਇਹਦਾ ਜਿਹੜਾ ਉੱਥੇ ਇੱਕ ਜਿੰਮ ਦਿੱਤਾ ਜਾਊਗਾ ਉਹ ਜਿਹੜੀ ਜਿੰਮ ਦੀ ਕੀਮਤ ਆ ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆ ਕਿ 1 ਲੱਖ ਤੋਂ 1.5 ਲੱਖ ਦੇ ਵਿੱਚ ਹੀ ਆ, ਪਰ ਉਹ ਸਾਨੂੰ ਇਹ ਨਹੀਂ ਪਤਾ ਕਿ ਜਿਹੜਾ 8 ਲੱਖ ਰੁਪਇਆ ਆ ਉਹ ਕਿਹੜੇ ਖਾਤੇ 'ਚ ਪੁਆਣਾ ਚਾਹੁੰਦੇ ਆ ਸਾਡੇ ਕੋਲੋਂ। ਔਰ ਸਿੱਧੇ ਅਸੀਂ ਇਹਦੀ ਵੀ ਜਾਂਚ ਦੀ ਮੰਗ ਕਰਦੇ ਹਾਂ ਕਿ ਜਿਹੜਾ ਵੀ ਨਗਰ ਕੌਂਸਲ ਦੇ ਵਿੱਚ ਸਾਨੂੰ ਪੈਸਾ ਆਇਆ ਉਹ ਅਸੀਂ ਆਪਣੀ ਧਰਮ ਜਿਹੜਾ ਕਿ ਉਹਦਾ ਪਰਪਜ਼ ਲਿਖਿਆ ਗਿਆ ਸਾਨੂੰ ਚਿੱਠੀ ਦਿੱਤੀ ਗਈ ਆ ਉਹਦੇ ਵਿੱਚ ਉਹ ਪੈਸਾ ਕੰਸਟਰਕਸ਼ਨ ਆਫ ਕਮਿਊਨਿਟੀ ਸੈਂਟਰ ਲਈ ਦਿੱਤਾ ਗਿਆ ਆ, ਔਰ ਅਸੀਂ ਉਹ ਪੈਸਾ ਕਮਿਊਨਿਟੀ ਸੈਂਟਰ ਲਈ ਖਰਚਣਾ ਚਾਹੁੰਦੇ ਹਾਂ। ਪਰ ਇਹ MLA ਸਾਡੇ ਜਿਹੜੇ ਨਗਰ ਕਮੇਟੀ ਮੈਂਬਰਾਂ ਤੋਂ ਧੱਕੇ ਦੇ ਨਾਲ ਇੱਕ ਚੈੱਕ ਲੈ ਕੇ ਉਹਨੂੰ ਮਿਸਯੂਜ਼ ਕਰਨਾ ਚਾਹੁੰਦਾ ਆ। ਸੋ ਮੈਂ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਹਦੀ ਜਿਹੜੀ ਵੀ ਜਾਂਚ ਆ ਉਹ ਪੂਰੇ ਨਿਰਪੱਖ ਹੋਣੀ ਚਾਹੀਦੀ ਆ, ਔਰ ਕਿਸੇ ਵੀ ਗਲਤ ਤੌਰ 'ਤੇ ਇਹ ਪੈਸਾ ਨਹੀਂ ਲੱਗਣਾ ਚਾਹੀਦਾ। ਜੈ ਭੀਮ, ਜੈ ਪਾਠ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੇ ਠੇਕੇਦਾਰ ਔਰ ਜਿਹੜੇ ਉਹਨਾਂ ਦੇ ਖਿਲਾਫ਼ ਜਿਹੜੀ ਨਗਰਪਾਲਿਕਾ ਦੇ ਪ੍ਰਧਾਨ ਦੇ ਖਿਲਾਫ਼ ਜਿਹੜੀ ਵਿਜੀਲੈਂਸ ਦੀ ਇਨਕੁਆਇਰੀ ਸ਼ੁਰੂ ਹੋਣੀ ਚਾਹੀਦੀ ਹੈ।